स्वागत है सब दाते मैं हाँ सुखा खेड़ी वाला। दस दिए कि बहुत सारे लोग अजे ने पंजाबी अजे ने जिन्होंने शौक आ शौक पुरानी चीज़ों संभालन का। अज तुहानू जिहड़ी चीज़ दिखा लगे हाँ ये कार है। जी हाँ पुराने मॉडल की ओरिजिनल कार है। तो यह कार 1946 की आते उदयपुर राजस्थान तो लैके आँदी गई है। तो ओरिजिनल इंजन आते देख सकते हो स्टार्ट भी जी है ये हैंडल दे नाल हुंदी है हाथ नाल स्टार्ट हुंदी है। पेट्रोल गड्डी है आवाज़ इंजन का बिल्कुल नहीं ओरिजिनल जिहड़ा कह सकते हैं कि इसका इंजन ओरिजिनल है। टायर उसके नाल दे ने सीटा कवर जिहड़ा हैगा सब कुछ बेहतरीन है। तो देख सकते हो उस समय की तकनीक जिहड़ी हैगी आ ओह इस गड्डी दे विच जी हाँ गड्डी दे विच ज़्यादा साजबाज या ज़्यादा समान या बटन नहीं उस समय हुंदे सी। सिर्फ और सिर्फ देख सकते हो एक गेयर आ क्लच ब्रेक ते रेस ते स्टेयरिंग ते कुछ मीटर ने ते रेस वाला मीटर आ ए बैटरी वाला मीटर जिवें बोल्ट पुराने बोल्टां ते हुंदा सी। ते ए मीटर मेरे ख्याल च टैंपरेचर ए टैंपरेचर दसदा मीटर आ टैंपरेचर दा रेस दा ते बैटरी बैकअप दा दसदा। ते हालांकि बैटरी इसदे विच है नहीं है बैटरी तो नहीं है बैटरी हैगी लाइटां चलदियां ने बैटरी दे नाल बैटरी भी आ पर स्टार्ट जिहड़ी आ सैल्फ दे नाल नहीं हुंदी स्टार्ट सिर्फ और सिर्फ ये हैंडल दे नाल हुंदी आ मैनुअली हाँ हुंदी आ। सैल्फ भी लवा रखी आ सैल्फ पहलां दी आ साडे नाल नौजवान आ पहलां तां गलबात करांगे नौजवान नाल। ਭਾਜੀ ਕੀ ਨਾਂ ਤੁਹਾਡਾ? ਹਰਿੰਦਰ ਸਿੰਘ ਸਰ। ਹਰਿੰਦਰ ਜੀ ਕੀ ਸ਼ੌਕ ਆ? ਸ਼ੌਕ ਹੈ ਸਰ ਪੁਰਾਣੀਆਂ ਗੱਡੀਆਂ ਨੂੰ ਨਵੀਆਂ ਡਿਜ਼ਾਈਨ 'ਚ ਬਣਾ ਕੇ ਆਪਾਂ ਨੂੰ ਦਿਖਾਉਣ ਦਾ। ਆਪਣਾ RMHP ਪੰਪ ਆਪਣੇ ਅਮਰਗੜ ਉੱਥੇ ਆਪਣੇ ਕੋਲ ਦੋ ਗੱਡੀਆਂ ਹੋਰ ਵੀ ਤਿਆਰ ਹੋ ਰਹੀਆਂ ਨੇ ਇਸ ਟਾਈਮ। ਹਾਂਜੀ ਕਿਹਦਾ ਮਾਡਲ ਗੱਡੀ ਆ ਕੀ ਨਾਮ? ਇਹ ਸਰ ਔਸਟਨ 7 ਹੈ 1946 ਮਾਡਲ ਹੈ ਜੀ। ਹਾਂਜੀ ਤੇ ਕਿੱਥੋਂ ਖਰੀਦੀ ਆ? ਇਹ ਉਦੇਪੁਰ ਤੋਂ ਆਈ ਹੈ ਸਰ। ਚਲਦੀ ਹਾਲ ਦੇ ਵਿੱਚ? ਚਲਦੀ ਹਾਲ ਤੇ ਗੇੜਾ ਗੂੜਾ ਗੱਡੀ ਦਾ ਜਾਂ? ਜੀ ਹਾਂਜੀ ਹਾਂਜੀ ਗੱਡੀ ਦਾ ਗੇੜਾ ਗੇੜਾ ਗੱਡੀ ਦੇ ਲੋਕ ਦੇਖਦੇ ਨੇ? ਹਾਂਜੀ ਸਰ ਚੈੱਕ ਕਰਦੇ ਸਰ ਲੋਕ ਪੰਪ ਤੇ ਲਾਈਦੇ ਆਪਾਂ ਉਹਨਾਂ ਜਦੋਂ ਮਰਜ਼ੀ ਉੱਥੇ ਆ ਕੇ ਵੀ ਚੈੱਕ ਕਰ ਸਕਦੇ ਕੋਈ ਦਿੱਕਤ। ਸਾਡੇ ਨਾਲ ਪ੍ਰੋਫੈਸਰ ਸਾਹਿਬ ਮੇਰੇ ਪ੍ਰੋਫੈਸਰ ਸਾਹਿਬ ਇੱਕ ਬੜੀ 1946 ਮਾਡਲ ਗੱਡੀ ਆ ਉਦੇਪੁਰ ਰਾਜਸਥਾਨ ਤੋਂ ਚੱਲਦੀ ਫਿਰਦੀ ਹੱਥ ਨਾਲ ਸਟਾਰਟ ਬਿਲਕੁਲ ਪੈਟਰੋਲ ਤੇ ਆ ਤੇ ਇੰਜਨ ਦੀ ਆਵਾਜ਼ ਵੀ ਨਹੀਂ ਕੀ ਕਹੋਗੇ? ਦੇਖੋ ਇਟਸ ਵੰਡਰਫੁਲੀ ਗੁੱਡ। ਮੇਰੇ ਖਿਆਲ ਹੈ ਇਹ ਜਿੰਨੀਆਂ ਚੀਜ਼ਾਂ ਨੇ ਅਲੋਪ ਹੋ ਰਹੀਆਂ ਇਹ ਜੀਵਤ ਰਹਿਣੀਆਂ ਚਾਹੀਦੀਆਂ ਨੇ ਅਤੇ ਲੋਕਾਂ ਦੇ ਅਗਰ ਇੱਦਾਂ ਦੇ ਸ਼ੌਕ ਹੋ ਜਾਣ ਮੇਰੇ ਖਿਆਲ ਹੈ ਬਹੁਤ ਵਧੀਆ ਸ਼ੌਕ ਨੇ ਜਿੰਨੇ ਵੀ ਇਹ ਜਿਹਨੂੰ ਵੀ ਇਹ ਸ਼ੌਕ ਹੈਗਾ ਅਤੇ ਗੁੱਡ ਸ਼ੌਕ ਹੈ। ਇਸ ਤਰ੍ਹਾਂ ਦੀਆਂ ਕੁਛ ਸਾਡੇ ਕੋਲ ਜਿਵੇਂ ਪੁਰਾਣੀਆਂ ਗੱਡੀਆਂ ਜਿਹੜੀਆਂ ਨੇ ਉਹ ਪਈਆਂ ਨੇ ਬੇਕਾਰ ਪਈਆਂ ਨੇ ਉਹਦੇ ਖੋਲ ਪਏ ਨੇ ਅਗਰ ਉਹਨਾਂ ਨੂੰ ਮੋਡੀਫਾਈ ਕਰਕੇ ਉਹਨਾਂ ਨੂੰ ਆਰਟ ਪੀਸਿਸ ਬਣਾ ਲਿੱਤੇ ਜਾਣ। ਮੈਂ ਇਹਨਾਂ ਗੱਡੀਆਂ ਨੂੰ ਆਰਟ ਪੀਸਿਸ ਜ਼ਿਆਦਾ ਕਹਿਣਾ ਅਤੇ ਤੁਸੀਂ ਇਹ ਦੇਖੋ ਵੀ ਚਾਹੇ ਬੰਦਾ ਮਰਸਡੀ ਖਰੀਦ ਲਵੇ ਚਾਹੇ ਫੋਰਚੂਨਰ ਚਾਹੇ ਲੈਂਡ ਪਰ ਜੋ ਕਰੇਜ਼ ਇਹਨਾਂ ਗੱਡੀਆਂ ਦਾ ਬੱਚਿਆਂ ਨੂੰ ਦੂਜਾ ਮਤਲਬ ਇਟਸ ਵੈਰੀ ਸਿੰਪਲ। ਕੀ ਕੋਸਟ ਹੋਏਗੀ ਇਹਦੀ? ਕੋਸਟ ਦਾ ਕੋਈ ਆਈਡੀਆ ਅੰਦਾਜ਼ਾ ਕਿਹਨੇ ਖਰੀਦੀ ਹੋਏਗੀ? ਹਾਂ ਕਿ ਮਤਲਬ ਅਗਰ ਆਪਾਂ ਨੂੰ ਖਰੀਦਣੀ ਪਵੇ ਆਪਾਂ ਨੂੰ ਵੇਚਣੀ ਪਵੇ ਤਾਂ ਆਪਾਂ ਕੀ ਲਵਾਂਗੇ ਕੀ ਦੇਵਾਂਗੇ? ਸਰ ਵੇਚਣੀ ਤਾਂ ਹੈ ਹੀ ਨਹੀਂ। ਓਕੇ ਓਕੇ ਵੇਚਣ ਦਾ ਤਾਂ ਕੋਈ ਮਨ ਹੈ ਹੀ ਨਹੀਂ। ਅੱਛਾ ਜਿਵੇਂ ਤੁਹਾਨੂੰ ਸ਼ੌਕ ਆ ਪੁਰਾਣੀਆਂ ਗੱਡੀਆਂ ਲੈਣ ਦਾ ਹਾਲਾਂਕਿ ਤੁਹਾਡੇ ਸਕੂਟਰ ਵੀ ਪੁਰਾਣੇ ਨੇ ਸਾਡੇ ਇੱਕ ਨੌਜਵਾਨ ਹੋਰ ਇਹਨਾਂ ਵੀ ਗੱਲਬਾਤ ਕਰ ਲੈਣੇ ਆ। ਭਾਜੀ ਪਹਿਲਾਂ ਤਾਂ ਨਾਮ ਦੱਸੋ ਆਪਣਾ ਅਤੇ ਕਿਹੜਾ ਪਿੰਡ? ਰਣਦੀਪ ਸਿੰਘ ਆ ਜੀ ਅਮਰਗੜ੍ਹ ਮੇਰਾ ਪਿੰਡ ਆ ਜੀ। ਮੈਂ ਪੁਰਾਣੀਆਂ ਗੱਡੀਆਂ ਇਹਨਾਂ ਦੀਆਂ ਤਿਆਰ ਕਰ ਦਾਂਗਾ ਅਤੇ ਸਟਾਰਟ ਵੀ ਇਹਨਾਂ ਨੂੰ ਇੰਜਨ ਦਾ ਜੋ ਵੀ ਰਿਪੇਅਰ ਦਾ ਕੰਮ ਆ ਉਹ ਮੈਂ ਹੀ ਕਰ ਦਾਂਗਾ ਜੀ। ਕਿਸ ਹਾਲਤ 'ਚ ਗੱਡੀ ਆਈ ਤੀ? ਹਾਲਤ ਯਾਨੀ ਕਿ ਕੁਛ ਟਾਈਮ ਤਾਂ ਇਹਨਾਂ ਖਰਾਬ ਵੀ ਸੀਗੀ ਅਤੇ ਹੁਣ ਸੈਲਫ ਵੀ ਚੱਕਦੀ ਆ ਸਟਾਰਟ ਵੀ ਹੁੰਦੀ ਆ ਹੈਂਡਲ ਨਾਲ ਵੀ ਸਟਾਰਟ ਹੁੰਦੀ ਆ ਜੋ ਵੀ ਪੁਰਾਣਾ ਸਮਾਨ ਇਹਦੇ ਵਿੱਚ ਪੈਂਦਾ ਗਾ ਤਿਆਰ ਕਰਕੇ ਪੁਰਾਣੀ ਹੀ ਉਹ ਇੰਜਣ ਆ ਪੁਰਾਣਾ ਹੀ ਸਾਰਾ ਸਮਾਨ ਤਿਆਰ ਕਰਕੇ ਹੀ ਪਾਉਂਦੇ ਹਾਂਗੇ ਜੀ। ਕਿੰਨੇ ਦੀ ਐਵਰੇਜ ਇਹਦੀ? ਕਿਵੇਂ ਜੀ ਪੈਟਰੋਲ ਦੀ ਐਵਰੇਜ ਕਿੰਨੀ ਦੀ ਆ? ਐਵਰੇਜ ਤਾਂ ਕਦੇ ਕੱਢੀ ਨਹੀਂ ਜੀ ਕਿਉਂਕਿ ਇਹ ਚੀਜ਼ਾਂ ਦੀ ਐਵਰੇਜ ਨਹੀਂ ਦੇਖੀ ਜਾਂਦੀ ਜੀ ਨਾ ਐਵਰੇਜ ਦੇਖੀ ਜਾਵੇ ਕਿਉਂਕਿ ਜਿਨ੍ਹਾਂ ਨੂੰ ਸ਼ੌਕ ਹੁੰਦਾ ਉਹੀ ਇਹ ਚੀਜ਼ਾਂ ਰੱਖਦਾ ਜੀ ਠੀਕ ਹੈ ਨਾ ਅਤੇ ਬਾਕੀ ਸ਼ੌਕ ਆ ਤਾਂ ਤਿਆਰ ਕਰ ਵੀ ਦਿੰਦੇ ਹਾਂ। ਹੋਰ ਵੀ ਗੱਡੀਆਂ ਨੇ? ਹੋਰ ਵੀ ਗੱਡੀਆਂ ਨੇ ਜੀ ਦੋ ਗੱਡੀਆਂ ਹੋਰ ਨੇ ਵੀ ਤਿਆਰ ਕਰ ਰਹੇਗੇ ਜਦੋਂ ਤਿਆਰ ਹੋ ਗਈਆਂ ਫਿਰ ਤੁਹਾਨੂੰ ਉਹ ਵੀ ਦਿਖਾਵਾਂਗੇ ਜੀ। ਤੁਸੀਂ ਜਦ ਮਰਜ਼ੀ ਅਮਰਗੜ੍ਹ ਉਰਲੇ ਪਾਸੇ ਲਾਂਗੜੀਆਂ ਦੇ ਪਾਰ ਪੰਪ ਆ ਜੀ ਉੱਥੇ ਆ ਕੇ ਤੁਸੀਂ ਦੇਖ ਸਕਦੇ ਹੋ। ਹਾਂਜੀ ਆਉਂਦੇ ਨੇ ਜੀ ਬਹੁਤ ਆਉਂਦੇ ਨੇ ਬਹੁਤ ਆਉਂਦੇ ਨੇ ਦੂਰੋਂ ਦੂਰੋਂ ਆਉਂਦੇ ਨੇ ਤੇ ਤੁਸੀਂ ਹੋਰ ਵੀ ਦੇਖਣੇ ਆਉਣਗੀਆਂ ਨਹੀਂ ਗੇੜਾ ਕੱਢੀ ਦਾ ਜੀ ਇਹਨਾਂ ਦਾ ਤੇ ਤਿਆਰ ਵੀ ਕਰ ਰਹੇ ਹਾਂ ਜਿਹੜੀਆਂ ਦੋ ਗੱਡੀਆਂ ਨੇ ਉਹ ਵੀ ਤਿਆਰ ਹੋਣਗੀਆਂ ਉਹ ਵੀ ਚੱਲਣਗੀਆਂ ਜੀ। ਹੋਰ ਵੀ ਕੋਈ ਆਇਆ ਗੱਡੀ ਤਿਆਰ ਕਰਾਉਣ? ਨਹੀਂ ਇਹੀ ਅਜੇ ਤਿਆਰ ਕਰ ਰਹੇ ਹਾਂ ਜੀ ਕਿਉਂਕਿ ਪੁਰਾਣੀਆਂ ਗੱਡੀਆਂ ਇਹਨਾਂ ਨਹੀਂ ਲੈਂਦੀਆਂ ਨੇ ਉਰੇ। ਇਹਨਾਂ ਲਵੇ 1937 ਮਾਡਲ ਵੀ ਖੜੀ ਹੈ ਜੀ ਉਸ ਤੋਂ ਪੁਰਾਣਾ ਮਾਡਲ ਵੀ ਖੜੀ ਹੈ ਇੱਕ ਗੱਡੀ ਜਿਹੜੀ ਤਿਆਰ ਹੋ ਰਹੀ ਆ ਅਤੇ ਉਹ ਰੰਗ ਹੋਣ 'ਤੇ ਹਾਲਤ 'ਚ ਵੱਗ ਗਈਆਂ ਉਸ ਤੋਂ ਬਾਅਦ ਉਹਨਾਂ ਨੂੰ ਤਿਆਰ ਕਰਕੇ ਗੇੜਾ ਦੇਵਾਂਗੇ ਜੀ। ਰਾਜਸਥਾਨ ਤੋਂ ਹੀ ਆਏ ਨੇ ਸਰ? ਸਾਰੀਆਂ? ਹਾਂਜੀ ਤਿੰਨੇ ਓਰਿਜਨਲ ਹਾਲਤ ਥੋੜ੍ਹੀ ਮੋਟੀ ਨਹੀਂ ਉਹ ਦੂਸਰੀਆਂ ਦਾ ਥੋੜ੍ਹਾ ਕੰਮ ਆਉਣ ਵਾਲਾ ਓਰਿਜਨਲ ਹਾਲਤ 'ਚ ਓਰਿਜਨਲ ਆ। ਹਾਂਜੀ ਔਰ ਕੀ ਸ਼ੌਕ ਇੰਜਨ ਉਂਜਨ ਵੀ ਓਰਿਜਨਲ ਸਰ ਸਾਰਾ ਕੁਛ ਓਰਿਜਨਲ ਇਸ ਤਰ੍ਹਾਂ ਬਣਾ ਕੇ ਚਲਾ ਕੇ ਲੋਕ ਰੱਖਣੇ ਸਾਂਭ ਕੇ ਹਾਂਜੀ ਸ਼ੌਕ ਇਹੀ ਆ ਜੀ ਬਸ। ਹੋਰ ਵੀ ਚੀਜ਼ਾਂ ਦਾ ਸ਼ੌਕ? ਜੇ ਕਿਸੇ ਨੂੰ ਮਤਲਬ ਇਸ ਤਰ੍ਹਾਂ ਦੀ ਗੱਡੀ ਮਤਲਬ ਲੋਡ ਹੋ ਬਈ ਹੋਈ ਤਾਂ ਇਹ ਤੁਸੀਂ ਕੀ ਕਰ ਸਕਦੇ ਹੋ ਸਰ? ਉਹਦੇ ਤੁਸੀਂ ਤਿਆਰ ਕਰ ਸਕਦੇ ਆ ਜੀ ਉਹਨੂੰ ਦੇ ਸਕਦੇ ਹੋ ਮਤਲਬ ਨਹੀਂ ਦੇ
ਵੇਚਣ ਦਾ ਤਾਂ ਸਾਨੂੰ ਕੁਝ ਨਹੀਂ ਪਤਾ ਜੀ, ਸਾਡੇ ਬਾਬੂ ਜੀ ਨੂੰ ਪਤਾ, ਅਸੀਂ ਸਿਰਫ ਤਿਆਰ ਕਰ ਸਕਦੇ ਹਾਂ ਗੇ, ਜੇ ਤਿਆਰ ਕਰਵਾਉਣੀ ਵੀ ਆ ਤਾਂ ਕਰ ਵੀ ਸਕਦੇ ਹਾਂ। ਜਿਵੇਂ ਹੁਣ ਫੋਰ ਐਗਜ਼ਾਮਪਲ ਮੈਨੂੰ ਇਸ ਤਰ੍ਹਾਂ ਦੀ ਗੱਡੀ ਕੋਈ ਚਾਹੀਦੀ ਹੋਵੇ ਤਾਂ ਫਿਰ ਇਹ ਗੱਡੀ ਤੁਸੀਂ ਮਤਲਬ ਉਹਦੇ ਲਈ ਸਾਡੇ ਬਾਬੂ ਸਰ ਹੋਰ ਕੋਈ ਦੇਖ ਸਕਦਾਗੇ, ਪਰ ਇਹ ਵੇਚਣ ਵਾਲੇ ਇਹਦੀ ਮੈਂ ਗੱਲ ਨਹੀਂ ਕਰਦਾ, ਇਹਦੀ ਮੈਂ ਗੱਲ ਨਹੀਂ ਕਰਦਾ। ਹੋਰ ਤਿਆਰ ਕਰਕੇ ਦੇ ਸਕਦੇ ਹੋ? ਹਾਂਜੀ ਤਿਆਰ ਕਰਵਾ ਕੇ ਦੇ ਦਾਂਗੇ ਤੁਹਾਨੂੰ। ਓਕੇ ਜਿਵੇਂ ਅੰਬੈਸਡਰ ਨੇ ਹਾਂਜੀ ਹਾਂਜੀ ਜਿਹੜੀਆਂ ਨੇ ਆ ਹੋ ਜਾਂਦੀਆਂ ਨੇ ਸਰ। ਬਿਲਕੁਲ ਜੀ ਬਿਲਕੁਲ ਦੇਖ ਸਕਦੇ ਹੋ ਤਸਵੀਰ ਇਸ ਕਾਰ ਦੀ 1946 ਮਾਡਲ ਆ ਤੇ ਸੈਲਫ ਵੀ ਸਟਾਰਟ ਆ ਤੇ ਮੈਨੂਅਲ ਹੱਥ ਦੇ ਨਾਲ ਹੈਂਡਲ ਨਾਲ ਦੇ ਵੀ ਸਟਾਰਟ ਆ ਤੇ ਪਰ ਇੱਕ ਸਾਦੀ ਜੀ ਕਿਸਮ ਦੀ 4 ਸੀਟਾਂ ਵਾਲੀ ਇਹ ਕਾਰ ਹੈ ਜੋ ਪੈਟਰੋਲ 'ਤੇ ਚੱਲਦੀ ਹੈ ਅਤੇ ਇੰਜਨ ਦੇ ਵਿੱਚ ਆਵਾਜ਼ ਬਿਲਕੁਲ ਨਹੀਂ ਆ, ਓਰੀਜਨਲ ਇੰਜਨ ਹੈ ਅਤੇ ਵਾਕਈ ਅੱਜ ਮਲੇਰਕੋਟਲਾ ਇਹ ਵੇਖਣ ਨੂੰ ਮਿਲੀ ਆ ਅਤੇ ਲੋਕ ਬੜੇ ਵੇਖ ਰਹੇ ਨੇ ਅਤੇ ਸੈਲਫੀਆਂ ਵੀ ਕਰ ਰਹੇ ਨੇ ਕਿਉਂਕਿ ਪੁਰਾਣੀ ਚੀਜ਼ ਆ ਓਲਡ ਇਜ਼ ਗੋਲਡ ਕਹਿੰਦੇ ਆ ਅਤੇ ਅੱਜ ਸਾਬਿਤ ਹੋਇਆ ਇਸ ਪੁਰਾਣੀ ਕਾਰ ਨੇ ਗੇੜੇ ਵੀ ਦਿੱਤੇ ਆ ਅਤੇ ਲੋਕਾਂ ਦੇ ਨਾਲ ਸੈਲਫੀਆਂ ਵੀ ਕਰਾਈਆਂ। ਇੱਕ ਵਾਕਈ ਕਰੇਜ਼ ਆ ਪੁਰਾਣੀਆਂ ਚੀਜ਼ਾਂ ਨੂੰ ਸਾਂਭ ਕੇ ਰੱਖਣ ਦਾ ਅਤੇ ਉਸਨੂੰ ਲੋਕਾਂ ਦੇ ਲਈ ਇਤਿਹਾਸ ਲਈ ਬਚਾ ਕੇ ਰੱਖਣਾ। ਅਤੇ ਹੋਰ ਵੀ ਬਹੁਤ ਸਾਰੀਆਂ ਕਾਰਾਂ ਨੇ, 1937 ਮਾਡਲ ਨੇ ਅਤੇ ਹੋਰ ਵੀ ਪੁਰਾਣੀਆਂ ਕਾਰਾਂ ਨੇ ਜਿਹੜੀਆਂ ਇਸ ਨੌਜਵਾਨਾਂ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਨੇ ਅਤੇ ਰਾਜਸਥਾਨ ਤੋਂ ਜਿਹੜੀਆਂ ਖਰੀਦ ਕੇ ਲਿਆਉਂਦੀਆਂ ਜਾਂਦੀਆਂ ਨੇ। ਪੰਜਾਬ ਆ ਅਤੇ ਪੰਜਾਬ ਦੇ ਲੋਕਾਂ ਨੂੰ ਸ਼ੌਕ ਆ ਅਤੇ ਉਹ ਸ਼ੌਕ ਵੀ ਆਪਣੇ ਪੂਰੇ ਕਰਦੇ ਨੇ, ਭਾਵੇਂ NRI ਹੋਣ ਭਾਵੇਂ ਇੱਧਰਲੇ ਲੋਕ ਹੋਣ, ਸ਼ੌਕ ਦਾ ਕੋਈ ਮੁੱਲ ਨਹੀਂ। ਉਹ ਕਹਿੰਦੇ ਲਿਆਉਂਦੇ ਹਾਂ ਉਦੈਪੁਰ ਤੋਂ, ਖਰੀਦਦੇ ਹਾਂ, ਬਣਾਉਂਦੇ ਹਾਂ ਅਤੇ ਤਿਆਰ ਕਰਦੇ ਹਾਂ ਅਤੇ ਆਪਣੇ ਲਈ ਰੱਖਦੇ ਹਾਂ, ਵੇਚਣ ਦੇ ਲਈ ਨਹੀਂ। ਫਿਲਹਾਲ ਜੇਕਰ ਲੋਕਾਂ ਦੀ ਡਿਮਾਂਡ ਹੋਈ ਤਾਂ ਵੇਖਿਆ ਜਾਏਗਾ ਕਿ ਅੱਗੇ ਕੀ ਕਰਨਾ ਹੈ। ਵਾਕਈ ਖੂਬਸੂਰਤ ਚੀਜ਼ ਹੈ ਅਤੇ ਦੇਖਣ ਯੋਗ ਹੈ ਕਿਉਂਕਿ ਪੁਰਾਣੀਆਂ ਚੀਜ਼ਾਂ ਕਿਹੋ ਜਿਹੀਆਂ ਹੁੰਦੀਆਂ ਨੇ ਇਹ ਆਉਣ ਵਾਲੀ ਪੀੜ੍ਹੀ ਨੂੰ ਜ਼ਰੂਰ ਵੇਖਣੀ ਚਾਹੀਦੀ ਹੈ। ਇੱਕ ਸਾਦੀ ਕਿਸਮ ਦੀਆਂ ਬਿਨਾਂ AC ਬਿਨਾਂ ਛੱਤ ਤੋਂ ਦੀਆਂ ਕਾਰਾਂ ਅਜਿਹੀਆਂ ਹੁੰਦੀਆਂ ਸਨ। ਮਲੇਰਕੋਟਲਾ ਤੋਂ ਗੌਰਵ ਖੁੱਲਰ ਦੇ ਨਾਲ ਸੁੱਖਾ ਖੇੜੀਵਾਲਾ।